ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਪ੍ਰਦੀਪ ਅਤੇ ਤੁਸੀਂ ਦੇਖ ਰਹੇ ਹੋ ਪ੍ਰਦੀਪ ਵਲੌਗਸ। ਅਤੇ ਅੱਜ ਦੀ ਵੀਡੀਓ ਬਹੁਤ ਹੀ ਸਪੈਸ਼ਲ ਹੋਣ ਵਾਲੀ ਆ, ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ BS4 ਨੂੰ ਅਤੇ BS6 ਨੂੰ ਕੰਪੈਰੀਜ਼ਨ ਕਰਾਂਗੇ। ਲੌਂਗ ਬੋਟਲ ਮੋਟੇ ਮੂੰਹ ਵਾਲਾ ਜਿਹੜਾ ਸਲੰਸਰ ਆ, ਤੁਸੀਂ ਬਹੁਤ ਜਣਿਆਂ ਨੇ ਕਮੈਂਟ ਕੀਤਾ, ਉਹ ਹੀ ਤੁਹਾਨੂੰ ਦਿਖਾਵਾਂਗੇ ਵੀ ਉਹਦੀ ਵੱਧ ਵਧੀਆ ਆਵਾਜ਼ ਆ ਜਾਂ ਸ਼ੋਰਟ ਬੋਟਲ ਦੀ। ਅਤੇ ਇਹ ਵੀਡੀਓ ਪੂਰੀ ਜ਼ਰੂਰ ਦੇਖਿਓ, ਤੁਹਾਨੂੰ ਸਾਰਾ ਕੁਛ ਮੈਂ ਦੱਸੂੰਗਾ ਡਿਟੇਲ ਦੇ ਵਿੱਚ। ਅਤੇ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਇਹ ਆ ਵੀ ਤੁਸੀਂ ਇਹ ਕੁਛ ਵੀ ਟਰਾਈ ਨਾ ਕਰਿਓ, ਕਿਉਂਕਿ ਲੌਂਗ ਬੋਟਲ ਸ਼ੋਰਟ ਬੋਟਲ ਸਾਰੀਆਂ ਇਹ ਅਤੇ ਬੈਂਡ ਇਲੀਗਲ ਨੇ, ਤੁਸੀਂ ਪਲੀਜ਼ ਇਹਨੂੰ ਨਾ ਕਰਿਓ। ਤਾਂ ਕਰਕੇ ਇਹ ਵੀਡੀਓ ਐਕਸਪੈਰੀਮੈਂਟਲੀ ਪਰਪਸ ਲਈ ਓਨਲੀ ਸਿਰਫ, ਅਤੇ ਤਾਂ ਕਰਕੇ ਤੁਸੀਂ ਇਹ ਚੀਜ਼ਾਂ ਸਲੰਸਰ ਸਲੂੰਸਰ ਨਾ ਪਾਇਓ, ਸਿਰਫ ਤੁਹਾਨੂੰ ਦਿਖਾਉਣ ਵਾਸਤੇ ਵੀ ਕਿਵੇਂ ਆ। ਤਾਂ ਕਰਕੇ ਆ ਅਤੇ ਕਰਦੇ ਹਾਂ ਵੀਡੀਓ ਸਟਾਰਟ, ਅਤੇ ਕਰਦੇ ਹਾਂ ਕੰਪੇਅਰ BS4 ਨੂੰ ਅਤੇ BS6 ਨੂੰ ਅਤੇ ਦੋਨੋਂ ਸਲੰਸਰਾਂ ਨੂੰ। ਅਤੇ ਜਿਹਨਾਂ ਜਿਹਨਾਂ ਨੇ ਹਾਲੇ ਤੱਕ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਨਹੀਂ ਕੀਤਾ, ਉਹ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦਾ। ਮੇਰੀ ID ਹੈਗੀ ਆ Pradeep_vlogs, ਅਤੇ ਉਹਦੀ ID ਹੈਗੀ ਆ ਦੱਸੜੀ ਨਹੀਂ ਹੈਗੀ ਅਸੀਂ ਅੱਜ ਕਿਹੜੀ ਪਤਾ ਨਹੀਂ, ਇਹ ਰੋਣ ਲੱਗ ਜਾਂਦਾ। ID ਹੈਗੀ Harsh_JM, ਠੀਕ ਆ। ਅਤੇ ਬਾਕੀ ਹੁਣ ਮਿਲਦੇ ਆਪਾਂ BS4 ਨੂੰ ਨਾਲ ਲਿਆਉਂਦੇ ਹਾਂ, ਫਿਰ ਦਿਖਾਉਂਦੇ ਹਾਂ ਵੀ ਕੀ ਫਰਕ ਆ ਦੋਨਾਂ 'ਚ, ਕਿੰਨੀ ਕੁ ਆਵਾਜ਼ ਦਾ ਫਰਕ ਆ, ਲੌਂਗ ਬੋਟਲ ਵਧੀਆ ਜਾਂ ਸ਼ੋਰਟ ਬੋਟਲ ਵਧੀਆ। ਅਤੇ ਸ਼ੋਰਟ ਬੋਟਲ ਮੈਂ ਸੁਣਿਆ ਵੀ ਤਿੱਖੀ ਜਿਹੀ ਆਵਾਜ਼ ਕਰਦੀ ਆ, ਅਤੇ ਲੌਂਗ ਬੋਟਲ ਜਿਹੜੀ ਉਹ ਦੁੱਗ ਦੁੱਗ ਵਾਲੀ ਫੀਲ ਦਿੰਦੀ ਆ। ਅਤੇ ਬਾਕੀ ਹੁਣ ਤੁਹਾਨੂੰ ਪਤਾ ਹੀ ਲੱਗ ਜੂ ਕਿੰਨਾ ਕੁ ਦੁੱਧ ਦਾ, ਦੁੱਧ ਅਤੇ ਪਾਣੀ ਦਾ ਪਾਣੀ ਪਤਾ ਲੱਗ ਜੂ। ਅਤੇ ਚੱਲਦੇ ਹਾਂ, ਚਲੋ। ਅਤੇ ਆਹ ਤੁਸੀਂ ਦੇਖ ਸਕਦੇ ਹੋ ਆਪਣਾ BS6 ਮਾਡਲ, ਅਤੇ ਆਹ ਹੈਗਾ BS4 ਮਾਡਲ, ਅਤੇ ਇਹਦਾ ਤੁਸੀਂ ਫਰਕ ਦੇਖ ਸਕਦੇ ਹੋ। ਇਹਦੇ ਕਾਰਬੇਟਰ ਆਉਂਦਾ ਉਰੇ, ਆਹ ਦੇਖੋ ਆਹ ਕਾਰਬੇਟਰ, ਅਤੇ ਉਹਦੇ BS6 ਦੇ EFI, ਬਸ ਇਹਦੀ ਇਹੀ ਪਛਾਣ ਆ ਜੇ ਉਰੇ ਹੋਊਗਾ EFI ਦਾ ਮਤਲਬ BS6 ਆ ਇਹ। ਕਿੰਨੇ ਮਾਡਲ ਇਹ? 3 ਫਰਵਰੀ 2020 ਇਹ 2020 ਮਾਡਲ ਆ, ਤੁਸੀਂ ਦੇਖ ਸਕਦੇ ਹੋ। ਇਹਦੇ 'ਤੇ ਡਿਸਕ ਵੀ ਆਉਂਦੀ ਸੀ, ਜਿਹੜੇ BS4 ਦੇ ਡਿਸਕ ਆਉਣ ਲੱਗ ਗਈ ਸੀ ਨਾ, ਇਹਦੇ ਡਿਸਕ ਆਉਂਦੀ ਆ। ਅਤੇ ਆਹ ਕੁਝ ਆ, ਅਤੇ ਮੈਂ ਵੀਡੀਓ 'ਚ ਦਿਖਾਉਣਾ ਸੀਗਾ ਵੀ ਤੁਹਾਨੂੰ ਇਹਦੇ ਵੀ ਦੇਖੋ ਰਾਊਂਡ ਬੈਂਡ ਆ, ਉਹਦੇ ਵੀ ਰਾਊਂਡ ਬੈਂਡ ਆ, ਇਹਦੇ ਲੌਂਗ ਬੋਟਲ ਆ, ਉਹਦੇ ਸ਼ੋਰਟ ਬੋਟਲ ਆ, ਅਤੇ ਇਹਦਾ ਜਿਹੜਾ ਆਹ ਦੇਖੋ ਮੋਟੇ ਮੂੰਹ ਵਾਲਾ ਇਹਨੂੰ ਕਹਿੰਦੇ ਨੇ। ਬਹੁਤ ਜ਼ਿਆਦਾ ਕਮੈਂਟ ਆਉਂਦੇ ਸੀ ਆਪਾਂ ਨੂੰ ਵੀ ਲੌਂਗ ਬੋਟਲ ਦਿਖਾਓ ਜਿਹਦਾ ਜ਼ਿਆਦਾ ਹੋਵੇ, ਇਹਦੀ ਜਾਣਕੀ ਦੁੱਗ ਦੁੱਗ ਵਾਲੀ ਆਵਾਜ਼ ਆਊਗੀ, ਅਤੇ ਸ਼ੋਰਟ ਬੋਟਲ ਦੀ ਕਹਿੰਦੇ ਤਿੱਖੀ ਜਿਹੀ ਆਵਾਜ਼ ਆਉਂਦੀ ਆ, ਅਤੇ ਇਹਦਾ ਮੂੰਹ ਵੀ ਪਤਾ ਤੁਸੀਂ ਦੇਖ ਸਕਦੇ ਹੋ। ਅਤੇ ਇਹਨਾਂ ਦੋਨਾਂ ਦੀ ਆਵਾਜ਼ ਦਾ ਆਪਾਂ ਕੰਪੈਰੀਜ਼ਨ ਕਰਾਂਗੇ ਹੁਣ, ਅਤੇ ਦੇਖਦੇ ਹਾਂ ਕਿਹਦੀ ਆਵਾਜ਼ ਵਧੀਆ ਜਾਂ ਘਟੀਆ ਜਾਂ ਫਿਰ ਵੱਧ ਉੱਚੀ ਕਿਹਦੀ ਆ। ਅਤੇ ਹੁਣ ਤੁਹਾਨੂੰ ਪਹਿਲਾਂ BS6 ਦੀ ਆਵਾਜ਼ ਸੁਣਾਉਂਦੇ ਹਾਂ। ਆਹ ਦੇਖੋ ਇਹ ਮੈਂ ਔਨ ਕਰੂੰਗਾ, ਤਾਂ ਮੋਟਰ ਦੀ ਆਵਾਜ਼ ਆਈ, ਅਤੇ ਇਹਨੂੰ ਸਟਾਰਟ ਕਰਦੇ ਹਾਂ ਹੁਣ। ਆਹ ਤਾਂ ਹੈਗੀ ਆ ਖੜੇ ਦੀ ਆਵਾਜ਼, ਤੁਸੀਂ ਦੇਖ ਹੀ ਲਿਆ ਇਹ ਹੈਗੀ ਆ BS4 ਦੀ ਸ਼ੋਰਟ ਬੋਟਲ ਦੀ ਆਵਾਜ਼, BS6 ਦੀ ਸੱਚ ਸ਼ੋਰਟ ਨਹੀਂ ਸੁਣਾਉਂਦੇ ਹਾਂ। ਆ ਹੈਗੀ ਆ ਖੜੀ ਦੀ ਆਵਾਜ਼, ਹੁਣ ਤੁਸੀਂ ਦਿੰਦੇ ਆ ਥੋੜ੍ਹੀ ਜਿਹੀ ਰੇਸ, ਅਤੇ ਜੇ ਤੁਹਾਨੂੰ ਮੈਂ ਹੁਣ ਸਹੀ ਸਹੀ ਐਨ ਦੱਸਾਂ ਤਾਂ ਮੈਨੂੰ ਫੁੱਲ ਡਿਫਰੈਂਸ ਪਤਾ ਲੱਗਿਆ ਵੀ BS6 ਦੀ ਅਤੇ BS4 ਦੀ ਆਵਾਜ਼ ਦਾ। ਇਹ ਜਾਂ ਤਾਂ ਇਹ ਲੌਂਗ ਬੋਟਲ ਕਰਕੇ ਆ, ਲੌਂਗ ਬੋਟਲ ਇਹਦਾ ਖੁੱਲ੍ਹੇ ਬੋਰ ਵਾਲਾ, ਬਾਹਲਾ ਜ਼ਿਆਦਾ ਉੱਚੀ ਆਵਾਜ਼ ਆ ਇਹਦੀ, ਕੁਝ ਜ਼ਿਆਦਾ ਉੱਚੀ ਆ, ਕੋਲੇ ਖੜ ਵੀ ਨਹੀਂ ਸੀ ਹੁੰਦਾ ਇੰਨੀ ਉੱਚੀ ਸੀ, ਸ਼ਾਇਦ ਤੁਹਾਨੂੰ ਕੈਮਰੇ 'ਚ ਪਤਾ ਲੱਗਿਆ ਕਿ ਨਹੀਂ ਲੱਗਿਆ, ਪਰ ਨਹੀਂ ਇਹਦੇ ਨਾਲ ਉਹ ਬਹੁਤ ਜ਼ਿਆਦਾ ਉੱਚੀ ਆਵਾਜ਼ ਆ ਇਹਦੀ। ਅਤੇ ਬਾਕੀ ਤੁਸੀਂ ਕਾਵਾਸਾਕੀ ਦੇਖ ਲਈ ਉਹਨਾਂ ਦੀ ਆਵਾਜ਼, ਅਤੇ ਤੁਸੀਂ ਹੁਣ ਦੇਖ ਲਿਆ ਜਿਵੇਂ ਦੀ ਆਵਾਜ਼ ਕੁਝ ਜ਼ਿਆਦਾ ਸੀਗੀ। ਤੇਰੇ ਹਾਰਨ ਆ ਕਿਹੜੇ ਲੱਗੇ ਹੋਏ ਨੇ? ਹੈਲਾ ਦੇ ਬਾਈ ਕਹਿੰਦਾ ਮੈਂ ਰੂਟਸ ਦੇ ਵੀ ਲਵਾਏ ਸੀਗੇ, ਅਤੇ ਉਹ ਬੰਦਾ ਆਪ ਹੀ ਡਰ ਜਾਂਦਾ ਉਹਦੇ ਨਾਲ। ਵਧੀਆ ਆਵਾਜ਼ ਨੇ ਹਾਰਨ ਵੀ ਰੂਟਸ ਦੇ, ਕਹਿੰਦਾ ਵੀ ਕੁਝ ਜ਼ਿਆਦਾ ਉੱਚੇ ਨੇ ਉਹ, ਆਪਾਂ ਜੇ ਆਪਾਂ ਆਪ ਹੀ ਹਾਰਨ ਮਾਰਦੇ ਹਾਂ ਮੋੜ 'ਤੇ ਬੰਦਾ ਆਪ ਇੱਕ ਵਾਰ ਡਰ ਜਾਂਦਾ, ਅਤੇ ਜਾਣੀ ਉਹ ਤੁਹਾਨੂੰ ਪਤਾ ਇਲੀਗਲ ਨੇ, ਇਲੀਗਲ ਤਾਂ ਮੈਂ ਕਹਿੰਦਾ ਆ ਵੀ ਨੇ ਨਾ, ਇਲੀਗਲ ਇਹ ਵੀ ਨੇ ਇਹ ਜਾਣੀ। ਹਾਂ ਇਹ ਠੀਕ ਆ ਇਹ, ਅਤੇ ਹੁਣ ਤੁਸੀਂ ਦੇਖ ਸਕਦੇ ਪਾਣੀ 'ਚ ਆਉਂਦਾ ਕਿਉਂਕਿ ਹੁਣੇ ਹੁਣੇ ਧੋ ਕੇ ਲਿਆਂਦਾ ਇਹ, ਅਤੇ ਧਵਾ ਕੇ ਅਤੇ ਹੋਰ ਇਹਦਾ ਫਰਕ ਇਹ ਆ ਬਸ ਇਹਦੀ RPM ਆ ਜਿਹੜੀ ਉਹ ਬਹੁਤ ਆਪਾਂ ਘੱਟ ਵੀ ਕਰ ਸਕਦੇ ਹਾਂ, ਵੱਧ ਵੀ ਕਰ ਸਕਦੇ ਹਾਂ, ਆਪਣੇ 'ਤੇ ਡਿਪੈਂਡ ਆ, ਉਹਦੀ ਨਹੀਂ ਆਪਾਂ ਕਰ ਸਕਦੇ। ਅਤੇ ਬਾਕੀ ਤੁਸੀਂ ਦੱਸਿਓ ਤੁਸੀਂ ਕਮੈਂਟ ਕਰਕੇ, ਠੀਕ ਆ, ਜ਼ਿਆਦਾ ਆਵਾਜ਼ ਤੁਹਾਨੂੰ ਕਿਹਦੀ ਵਧੀਆ ਲੱਗੀ, BS4 ਦੀ ਜਾਂ VS6 ਦੀ, ਅਤੇ ਕਮੈਂਟ 'ਚ ਮੈਨੂੰ ਦੱਸਿਓ, ਠੀਕ ਆ। ਅਤੇ ਇਹਨਾਂ 'ਚ ਹੋਰ ਜ਼ਿਆਦਾ ਕੁਛ ਡਿਫਰੈਂਸ ਨਹੀਂ ਹੈਗਾ, ਦੇਖਣ ਨੂੰ ਤੁਸੀਂ ਦੇਖ ਸਕਦੇ ਹੋ ਬਿਲਕੁਲ ਇੱਕੋ ਜਿਹੀ ਨੇ। ਅਤੇ ਬਸ ਇਹ ਬਾਈ ਨੇ ਅਲੋਏ ਨਹੀਂ ਪਵਾਏ ਹੋਏ, ਲਾਈਕਾਂ ਨਹੀਂ ਪਵਾਏ, ਕੋਈ ਖਾਸ ਰੀਜ਼ਨ? ਅੱਛਾ ਵੀ ਜਾਣੀ ਆਹੀ ਵਧੀਆ ਲਾ ਦੇਣਾ, ਅੱਧੇ ਨੂੰ ਮੈਂ ਸੁਣਿਆ ਵੀ ਆਹੀ ਗਾ ਜਾਣੀ ਵਧੀਆ ਲਾ ਦੇਣਾ।
ਤੇ ਇੱਕ ਅਲਾਇਆ ਨਾਲ ਮੈਂ ਸੁਣਿਆ ਐਵਰੇਜ ਵੀ ਘੱਟ ਜਾਂਦੀ ਆ। ਐਵਰੇਜ ਤੇ ਤਾਂ ਨਹੀਂ ਇੰਨਾ ਫਰਕ ਪੈਂਦਾ, ਪਰ ਆਇਆ ਉਹ ਤੜਕੇ ਆਉਂਦੇ ਨੇ, ਛੇ ਟੁੱਟ ਜਾਂਦੇ ਨੇ, ਜੇ ਟੁੱਟ ਗਿਆ ਚੇਂਜ ਕਰਾਉਣਾ ਪਊ। ਇਹਦੀ ਵਜ੍ਹਾ ਇਕੱਲੀ ਤਾਰ ਖਰਾਬ ਹੁੰਦੀ ਆ, ਇਕੱਲੀ ਤਾਰ ਪੈ ਜਾਂਦੀ ਆ, ਤਾਰ ਨਵੀਂ ਪੈ ਜਾਂਦੀ ਆ ਹਨਾ। ਹਾਂ ਬਾਕੀ ਆਇਆ ਮੇਰੀ ਡਰਾਈਵਿੰਗ ਥੋੜ੍ਹੀ ਜਿਹੀ ਰਫ ਆ, ਭਜਾ ਲੈਂਦੇ ਹਾਂ, ਹਲਾਉਣੇ ਹਲੂਆ 'ਚ ਵੇਕਣੇ ਕੱਢ ਦਿੰਦੇ ਹਾਂ, ਮਾਰ ਕੇ ਡਰ ਵੱਧ ਲੈਂਦਾ ਉਹ ਟੁੱਟਣ ਦਾ। ਹਾਂ ਇਹ ਤਾਂ ਹੈ, ਹੋਰ ਕੋਈ ਚੱਕਰ ਨਹੀਂ ਹੈਗਾ ਐਡਾ। ਅਤੇ ਬਾਈ ਕਹਿੰਦਾ ਮੈਂ ਤਿੰਨ ਵਾਰੀ ਟੈਂਕੀ ਵੀ ਚੇਂਜ ਕਰਾ ਲਈ, ਦੋ ਵਾਰ ਡਿੱਗ ਗਿਆ ਅਤੇ ਇਹਦੇ ਡੈਂਟ ਡੁੰਟ ਪੈ ਗਿਆ, ਅਤੇ ਫਿਰ ਇੰਸ਼ੋਰੈਂਸ ਦੇ ਵਿੱਚ ਇਹਦੀ ਹੋ ਗਈ ਚੇਂਜ। ਕਿੰਨੇ ਰੁਪਏ ਲਏ ਸੀ ਇੰਸ਼ੋਰੈਂਸ ਬਾਰੇ? 1500 ਲਿਆ ਸੀ। 1500 ਰੁਪਈਆ ਲਿਆ ਸੀ ਹਰ ਇੱਕ ਵਾਰੀ। ਟੈਂਕੀ ਨੇ ਦੋ ਵਾਰ ਚੇਂਜ ਕਰਾ ਲਈ, ਤੁਸੀਂ ਦੇਖ ਸਕਦੇ ਹੋ ਹੁਣ ਤਾਂ ਬਿਲਕੁਲ ਨਵੀਂ ਆ, ਅਤੇ ਇਹਨੇ ਵੀ ਓਕ ਨੇ ਟੇਪ ਕਰਾਈ ਹੋਈ ਆ ਆਪਣੇ ਵਾਂਗੂ ਹੀ, ਇੱਥੇ ਨਹੀਂ ਕਰਾਈ ਹੋਈ, ਇੱਥੇ ਕਰਾਈ ਹੋਈ ਆ, ਉਰੇ ਵੀ ਕਰਾਈ ਹੋਈ ਆ। ਹਾਂ ਉਹ ਇੱਥੇ ਆ, ਦੂਜੀ ਆ। ਅੱਛਾ ਉਰੇ ਵੀ ਆ, ਦੇਖਦੀ ਹੋਣੀ ਜਮਾਂ ਵੀ ਨਾਲ ਦੀ ਆ, ਆ ਜਾਣੀ ਨਾਲ ਦੀ ਹੋ ਹੈ ਨਾ ਇਹ। ਅਤੇ ਆਹ ਦੇਖੋ ਮੇਰੇ ਵਾਲੇ ਤਾਂ ਤੁਹਾਨੂੰ ਹੋਣਾ, ਇਹਦੀ ਇਕੱਲੀ ਉਰੇ ਉਰੇ ਕਰੀ ਹੋਈ ਆ ਮੈਟ ਵਾਲੀ, ਉਰੇ ਉਰੇ ਮੈਂ ਕਰਾਈ ਨਹੀਂ। ਆਹ ਦੇਖੋ ਕਿਵੇਂ ਝਰੀਟਾਂ ਪੈ ਗਈਆਂ, ਦੇਖਦੀਆਂ ਤੁਹਾਨੂੰ ਝਰੀਟਾਂ, ਪਤਾ ਨਹੀਂ ਇਹ ਉਹਦੇ ਨਾਲ ਪੈ ਗਏ। ਅਤੇ ਕਿੰਨੀ ਦੀ ਐਵਰੇਜ ਕਹਿੰਦਾ ਜੀ? 47 ਕਿੰਨੇ ਦੀ? 61 ਦੀ ਐਵਰੇਜ ਨੇ ਲਈ ਆ, ਕਹਿੰਦਾ 20 ਤੋਂ ਉੱਪਰ ਨਹੀਂ ਲੈ ਕੇ ਗਿਆ। ਮੈਂ ਸੁਣਿਆ ਘੱਟ ਹੈ, ਜੇ ਆਪਾਂ ਘੱਟ ਚਲਾਉਂਦੇ ਤਾਂ ਵੀ ਐਵਰੇਜ ਘੱਟ ਦਿੰਦਾ ਹੁੰਦਾ। ਉਹ ਆਇਆ ਜੇ ਮੈਂ ਤੂੰ ਯਾਰ ਮੇਰੇ ਪੰਜਵਾਂ ਗੇਅਰ ਪਾ ਕੇ ਯਾਰ 20 ਤੇ ਰੱਖੇ, ਮੈਂ ਝੂਟੇ ਮਾਰੂਗਾ ਇੰਜਣ, ਫਿਰ ਐਵਰੇਜ ਘੱਟਦੀ ਆ। ਜੇ ਮੈਂ ਤੂੰ ਤੀਜਾ ਚੌਥੇ ਗੇਅਰ 'ਚ 20 ਤੇ ਚਲਾ, ਮੈਂ 20-25 ਤੇ ਬਿਨਾਂ ਝੂਟ ਦਿੰਦਾ, ਅਰਾਊਂਡ ਨੋਰਮਲ ਰੋਡ ਰਿਹਾ ਹੈਗਾ ਜਿਵੇਂ ਆਪਾਂ ਕਹਿੰਦੇ ਹਾਂ, ਫਿਰ ਵਧੀਆ ਦੇਈ ਜਾਂਦਾ। ਯਾਨੀ 61 ਦੀ ਐਵਰੇਜ ਬਾਈ ਨੇ ਲਈ ਆ, ਅਤੇ ਆਪਣਾ ਤੁਹਾਨੂੰ ਦੱਸਿਆ 35-40 ਦੇ ਵਿੱਚ ਪਹੁੰਚਦਾ ਮੈਂ, ਕਿਉਂਕਿ ਖਿੱਚ ਕੇ ਵੀ ਰੱਖਦਾ, ਹੌਲੀ ਵੀ ਕਰ ਲੈਂਦਾ, ਯਾਨੀ ਠੀਕ ਠੀਕ ਜਿਹਾ ਚਲਾਉਣਾ। ਇਹਨੂੰ ਫੁੱਲ ਪਿਆ ਕੇ ਚਲਾਵੇਂ ਤੈਨੂੰ 43-44 ਤੋਂ ਵੱਧ ਨਹੀਂ ਹੋਊਗਾ ਐਵਰੇਜ, ਫਿਰ ਵੀ BS4 ਦੀ ਮੈਨੂੰ ਲੜਾ ਵੱਧਦਾ ਥੋੜ੍ਹੀ ਜੀ। ਹਾਂ 6 ਨਾਲੋਂ ਵੱਧਦਾ, ਇਹਦਾ ਯਾਰ ਤੇਲ ਘੱਟ ਜਾਂਦਾ ਨਾ, ਉਹਦਾ ਤੇਲ ਇੱਕੇ ਸੂ ਚੱਲਦਾ, ਉਹਦਾ ਫਿਰ ਇੱਕੇ ਉਹ ਚੱਲਦਾ ਨਾ, ਪੈਟਰੋਲ ਜਿੰਨਾ ਮਰਜ਼ੀ ਘੱਟ ਕਰ ਲਓ ਆਪਦੇ ਤੇ ਡਿਪੈਂਡ ਹੈ। ਇਹ ਕਹਿਣ ਤਾਂ ਐਂ ਸੀਗੇ ਵੀ ਇਹ ਫਾਈਨਲ ਤੇਲ ਘੱਟ ਪਾਊ, ਤੇਲ ਵੀ ਘੱਟ ਪੀਊਗਾ ਇਹ, ਪਰ ਵੱਧ ਪੀਂਦਾ ਕਿਉਂਕਿ ਉਸ ਹਿਸਾਬ ਨਾਲ ਆਉਂਦਾ। ਇੰਡੀਕੇਟਰ ਇਹਦੇ ਵੀ ਥੋੜ੍ਹੇ ਟੇਢੇ ਨੇ, ਇਹ ਸਭ ਦੇ ਟੇਢੇ ਆਉਂਦੇ ਨੇ, ਮਤਲਬ ਆਹ ਦੇਖੋ ਪੱਤੀ ਬਾਬੇ। ਹਾਂ ਇਹ ਸਿੱਧੀ ਵੀ ਨਹੀਂ ਹੁੰਦੀ, ਉਹ ਟੇਢੀ ਅਟੈਚ ਹੁੰਦੀ ਆ ਉਰੇ, ਪਰ ਲੌਕ ਹੁੰਦਾ, ਇਹ ਟੇਢਾ ਲੱਗਿਆ ਹੁੰਦਾ। ਇੰਡੀਕੇਟਰ ਮੂਰਲੇ ਟੇਢੀ ਆਉਂਦੇ ਨੇ, ਪਿਛਲੇ ਬਿਲਕੁਲ ਓਕੇ ਹੁੰਦੇ ਨੇ, ਹਾਂ ਪਿਛਲੇ ਸੱਦੇ ਹੁੰਦੇ ਨੇ, ਪਿਛਲੇ ਦਾ ਨਾਟ ਹੁੰਦਾ ਵਿੱਚ ਜਿੱਥੇ ਮਰਜ਼ੀ ਕਰਕੇ ਟਾਈਟ ਕਰ ਲੈ, ਪਿਛਲੇ ਤਾਂ ਠੀਕ ਨੇ, ਪਰ ਇੰਨਾ ਕੋਈ ਖਾਸ ਐਡਾ ਬੜਾ ਇਸ਼ੂ ਨਹੀਂ ਹੈਗਾ। ਅਤੇ ਹੁਣ ਆਪਾਂ ਤੁਹਾਨੂੰ ਚਲਾਉਂਦੇ ਦੀ ਦਿਖਾਉਂਦੇ ਆਵਾਜ਼ ਕਿਵੇਂ ਆ। ਪਹਿਲਾਂ ਕਰਦੇ ਹਾਂ ਆਪਣੇ ਵਾਲੀ ਬੁਲਟ ਦੀ B6 ਦੀ, ਧੋਣ ਕਰਕੇ ਬੰਦ ਹੋ ਰਿਹਾ ਇਹਦਾ ਮੋਟਰਸਾਈਕਲ ਬਾਈ। ਬਹੁਤ ਜ਼ਿਆਦਾ ਠੰਡਾ ਹੋਇਆ ਪਿਆ ਅਤੇ ਤਾਂ ਕਰਕੇ ਬੰਦ ਹੋ ਰਿਹਾ ਨਹੀਂ, ਚੱਲ ਨਹੀਂ ਰਿਹਾ, ਤਾਂ ਕਰਕੇ ਤੁਹਾਨੂੰ ਆਵਾਜ਼ ਦਾ ਪਤਾ ਨਹੀਂ ਲੱਗਿਆ। ਥੋੜ੍ਹਾ ਜਿਹਾ ਗਰਮ ਕਰਦੇ ਹਾਂ ਅਤੇ ਦੇਖਦੇ ਹਾਂ, ਜੋ ਠੀਕ ਜਿਹਾ ਹੋ ਗਿਆ ਫਿਰ ਤੁਹਾਨੂੰ ਸੁਣਾਉਂਦੇ ਹਾਂ ਆਵਾਜ਼ ਕਿਵੇਂ ਇਹਦੀ। ਏਜੰਸੀ ਵਾਲੇ ਵੀ ਇਹ ਕਹਿੰਦੇ ਕੋਈ ਹੱਲ ਨਹੀਂ, ਇੱਕਣੇ ਰਹੂਗਾ ਇਹ। ਅਤੇ ਆਹ ਦੇਖੋ ਹੈਗਾ 11, ਅਤੇ ਕਮੈਂਟ ਕਰਕੇ ਦੱਸਿਓ ਮੈਨੂੰ 11 ਲੈਣਾ ਚਾਹੀਦਾ, ਮੇਰਾ ਬਹੁਤ ਦਿਲ ਕਰ ਰਿਹਾ 11 ਖਰੀਦਣ ਨੂੰ। ਅਤੇ ਤੁਹਾਨੂੰ ਇਹਦੀ ਫੋਟੋ ਦਿਖਾਉਂਦੇ ਹਾਂ ਮਾੜੀ ਜੀ। ਕੁਆਲਿਟੀ ਕਿਹੋ ਜਿਹੀ ਮੈਨੂੰ ਦੱਸੋ, ਠੀਕ ਆ? ਮੈਨੂੰ ਲੱਗਦਾ ਬਹੁਤ ਜ਼ਿਆਦਾ ਸਮੂਥ ਵੀਡੀਓ ਬਣਦੀ ਹੋਣੀ ਆ।
ਤੇ ਮੇਰੀ ਸਲਾਹ ਤਾਂ ਹੈਗੀ ਸੀ ਵੈਸੇ 11 ਲੈਣ ਦੀ ਪਹਿਲਾਂ ਵੀ, ਫਿਰ ਮੈਂ ਰੁਕ ਗਿਆ। ਪਹਿਲਾਂ ਮੇਰੀ 7 ਲੈਣ ਦੀ ਸਲਾਹ ਸੀਗੀ, ਫਿਰ ਮੈਂ ਰੁਕ ਗਿਆ, ਮੈਂ ਕਿਹਾ ਚਲ ਥੋੜ੍ਹੀ ਟਾਈਮ ਆਪਾਂ ਰੁਕ ਲੈਂਦੇ ਹਾਂ ਅਤੇ 11 ਲਵਾਂਗੇ। ਅਤੇ ਕਿੰਨੇ ਜੀ ਵੀ ਇਹ 128 ਅਤੇ ਹੁਣ ਤੁਸੀਂ ਦੇਖ ਲਈ, ਹੁਣ ਮਾੜਾ ਮੋਟਾ ਠੀਕ ਹੋ ਗਿਆ, ਉਹ ਪਲੱਗਾਂ 'ਚ ਸ਼ਾਇਦ ਪਾਣੀ ਪੂਣੀ ਪੈ ਜਾਂਦਾ ਧੋਣ ਨਾਲ, ਅਤੇ ਦੇਖਦੇ ਹੁਣ ਜੇ ਹੁਣ ਠੀਕ ਹੋ ਗਿਆ ਹੋਇਆ। ਉਹ ਦੇਖੋ ਫਿਰ ਵੀ ਉਹ ਮੈਂ ਵਿੱਚ ਵਿੱਚ ਕਰ ਰਿਹਾ। ਆਹ ਦੇਖੋ ਇਹਦੀ ਹਵਾ, ਉਹ ਤਾਂ ਇੱਥੇ ਖੜ੍ਹੇ ਉਮੀ ਤੁਰ ਕੇ ਲਈ ਪਿੱਛੋਂ। ਆਹ ਦੇਖੋ ਇਹਦੇ 'ਚ ਥੋੜ੍ਹੀ ਜਿਹੀ ਅਲੱਗ ਜਿਹੀ ਫੀਲ ਆਉਂਦੀ ਆ, ਦੁੱਕ 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 ਵਾਲੀ, ਕਿਉਂਕਿ ਆਰ ਪੀ ਐਮ ਸਲੋਅ ਆ। ਹੈਲੋ ਅਤੇ ਹੁਣ ਥੋੜ੍ਹੀ ਫਿਜੀਕਲ ਥੋੜ੍ਹੇ ਡਿਫਰੈਂਸ ਹੁਣ ਮੈਂ ਦੱਸਦਾ। ਜਿਵੇਂ ਤੁਸੀਂ ਚਾਬੀ ਔਨ ਕਰੋਗੇ, ਇੱਕ ਤਾਂ ਹੈਗਾ ਫਿਊਲ ਵਾਲਾ ਮੀਟਰ, ਫਿਊਲ ਇੰਡੀਕੇਟਰ, ਲੋ ਫਿਊਲ ਇੰਡੀਕੇਟਰ, ਅਤੇ ਇੰਜਨ ਮਾਲ ਫੰਕਸ਼ਨ ਵਾਲਾ, ਅਤੇ ਏ ਬੀ ਐੱਸ ਵਾਲਾ। ਅਤੇ ਇਹਦੇ ਵਿੱਚ ਆਉਂਦਾ ਆਪਾਂ ਨੂੰ ਚਾਬੀ ਔਨ ਕਰਦੇ ਹਾਂ, ਇੱਕ ਏ ਬੀ ਐੱਸ ਵਾਲੀ ਲਾਈਟ ਆਉਂਦੀ ਹੈ, ਇੱਕ ਲੋ ਫਿਊਲ ਵਾਲੀ ਆਉਂਦੀ ਆ, ਹੋਰ ਇਹ 'ਚ ਆਹ ਨਹੀਂ ਹੈਗੀ, ਸਿਰਫ ਇੱਕ ਰੋਇਲ ਇਨਫੀਲਡ ਦਾ ਲੋਗੋ ਆ। ਅਤੇ ਇੱਥੇ ਕਾਹਲੀ ਸੀਗੀ, ਇਹਦੇ 'ਚ ਵੈਸੇ ਇੰਜਨ ਮਾਲ ਫੰਕਸ਼ਨ ਦੀ ਲਾਈਟ ਵੱਧ ਆ, ਹੋਰ ਕੁਛ ਨਹੀਂ। ਅਤੇ ਜਿਹੜਾ ਈ ਐੱਫ ਆਈ ਮਾਡਲ ਆ, ਇਹ ਟਵਿਨ ਸਪਾਰਕ ਨਹੀਂ ਹੈਗਾ, ਇਹਦੇ ਇੱਕ ਦੇਖੋ ਇੱਧਰ ਕੋਈ ਪਲੱਗ ਨਹੀਂ ਹੈਗਾ, ਅਤੇ ਇੱਧਰਲੇ ਪਾਸੇ 'ਤੇ ਪਲੱਗ ਆ, ਯਾਨੀ ਇਹ ਸਿੰਗਲ ਸਪਾਰਕ ਪਲੱਗ ਹੈ ਇਹਦੇ। ਅਤੇ ਜਿਹੜਾ ਬੀ ਐੱਸ 4 ਆਉਂਦਾ, ਇਹ ਤੁਸੀਂ ਦੇਖੋ ਇੱਧਰ ਵੀ ਪਲੱਗ ਆ, ਅਤੇ ਇੱਧਰ ਇੱਧਰ ਵੀ ਪਲੱਗ ਆ, ਤਾਂ ਕਰਕੇ ਟਵਿਨ ਸਪਾਰਕ। ਹਾਂ, ਅਤੇ ਬੀ ਐੱਸ 4 ਜਿਹੜਾ ਉਹ ਪਟਾਕੇ ਮਾਰਦਾ, ਅਤੇ ਬੀ ਐੱਸ 6 ਉਹ ਪਟਾਕੇ ਨਹੀਂ ਮਾਰਦਾ, ਕਿਉਂ? ਕਿਉਂਕਿ ਇਹਦੇ ਕਾਰਬੋਰੇਟਰ ਆ ਉਹਦੇ ਹੈ ਨਹੀਂ, ਅਤੇ ਇਹ ਦੇਖੋ ਤੁਸੀਂ ਹੋ ਵੀ ਇਹਦੇ ਪੈਟਰੋਲ ਵਾਲੀ ਆ, ਪੈਟਰੋਲ ਵਾਲੀ ਟੀ, ਇਹਦੇ ਨਾਲ ਕੋਈ ਵੀ ਵੈਸੇ ਇੱਕ ਦਾ ਨੁਕਸਾਨ ਹੈ, ਜਿਵੇਂ ਕੋਈ ਤੇਲ ਵੀ ਕੱਢ ਸਕਦਾ, ਅਤੇ ਬੀ ਐੱਸ 6 ਮੋਟਰ ਆਉਂਦੀ ਆ, ਇਹਦਾ ਤੇਲ ਹੀ ਨਿਕਲਦਾ, ਪਰ ਇਹਦਾ ਉਦੋਂ ਵੱਧ ਨੁਕਸਾਨ ਆ, ਕਿਉਂਕਿ ਜੇ ਮੋਟਰ ਖਰਾਬ ਹੋ ਗਈ ਫਿਰ ਵੱਧ ਪੰਗਾ ਲੈਂਦਾ, ਜੇ ਕੋਈ ਤੋਂ ਛੇੜਛਾੜ ਵੀ ਕਰੂਗਾ ਪੰਪ ਇਹਦੇ ਨਾਲ, ਤਾਂ ਵੱਧ ਖਰਾਬ ਹੋ ਸਕਦੀ ਆ ਮੋਟਰ, ਤੁਹਾਨੂੰ ਮਹਿੰਗੀ ਪੈ ਸਕਦੀ ਹੈ ਨਹੀਂ, ਉਹ ਫਿਰ ਵੀ ਹਲੇ ਸਸਤਾ ਪੈ ਸਕਦਾ। ਆਹ ਫਰਕ ਸੀ ਅਤੇ ਬੀ ਐੱਸ 6 ਅਤੇ ਬੀ ਐੱਸ 4 ਦਾ। ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰ ਦਿਓ। ਅਤੇ ਬਾਕੀ ਹੁਣ ਤੁਸੀਂ ਦੇਖ ਹੀ ਲਿਆ ਆਪਣਾ ਬੀ ਐੱਸ 4 ਅਤੇ ਬੀ ਐੱਸ 6 ਦਾ ਕੰਪੈਰੀਜ਼ਨ, ਅਤੇ ਮੈਨੂੰ ਕਮੈਂਟ ਵਿੱਚ ਕਰਕੇ ਦੱਸਿਓ, ਠੀਕ ਆ, ਵੀ ਤੁਹਾਨੂੰ ਕਿਹੜੀ ਆਵਾਜ਼ ਵਧੀਆ ਲੱਗੀ। ਅਤੇ ਮੈਂ ਆਪਦਾ ਪਰਸਨਲ ਗੱਲ ਦੱਸਾਂ, ਜੇ ਮੈਂ ਹੌਲੀ ਚਲਾਵਾਂ ਮੋਟਰ ਨੂੰ, ਅਤੇ ਯਾਨੀ ਵਧੀਆ ਆਵਾਜ਼ ਮੈਨੂੰ ਮੇਰੇ ਵਾਲੀ ਲੱਗੀ, ਸ਼ਾਰਟ ਬੋਟਲ ਪਤਲੇ ਮੂੰਹ ਵਾਲੀ, ਅਤੇ ਉਹਦੀ ਆਵਾਜ਼ ਫੜ ਫੜ ਥੋੜ੍ਹੀ ਫਟਦੀ ਸੀਗੀ, ਕਿਉਂਕਿ ਖੁੱਲ੍ਹਾ ਜਿਹਾ ਮੂੰਹ ਸੀ ਨਾ ਉਹਦਾ। ਅਤੇ ਜਿਹੜਾ ਲੌਂਗ ਬੋਟਲ ਆ, ਪਰ ਉਹ ਭਜਾਏ ਹੋਏ ਤਾਂ ਉਹਦੀ ਆਵਾਜ਼ ਸੁਣਦੀ ਸੀ, ਅਜੇ ਤਾਂ ਕੁਛ ਸੁਣਦੀ ਵੀ ਨਹੀਂ ਸੀ ਇੰਨੀ, ਯਾਨੀ ਜੇ ਫੁੱਲ ਦੇਖ ਲਵਾਂਗੇ ਫਿਰ ਬੀ ਐੱਸ 6 ਦੀ ਨਹੀਂ, ਫਿਰ ਲੌਂਗ ਬੋਟਲ ਦੀ ਵਧੀਆ ਲੱਗਦੀ ਆ। ਜੇ ਘੱਟ ਜਾਣੀ ਹੌਲੀ ਹੌਲੀ ਚਲਾਉਂਦੇ ਹਾਂ ਆਪਾਂ, ਚਲਾਉਂਦੇ ਹਾਂ ਆਮ ਨੋਰਮਲ, ਫਿਰ ਮੈਨੂੰ ਬੀ ਐੱਸ 6 ਦੀ ਜਿਹੜੀ ਮੇਰੇ ਵਾਲ ਦੀ ਸ਼ਾਰਟ ਬੋਟਲ ਦੀ ਆਵਾਜ਼ ਜ਼ਿਆਦਾ ਵਧੀਆ ਲੱਗੀ। ਅਤੇ ਬਾਕੀ ਹੁਣ ਡਿਪੈਂਡ ਕਰਦਾ ਤੁਹਾਨੂੰ ਕਿਵੇਂ ਲੱਗੀ। ਅਤੇ ਬਾਕੀ ਠੀਕ ਆ, ਦੱਸ ਦਿਓ ਤੁਹਾਨੂੰ ਕਿਵੇਂ ਲੱਗੀ ਵੀਡੀਓ, ਅਤੇ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ। ਅਤੇ ਆਪਾਂ ਹਾਲੇ ਉਹ ਟੈਂਕੀ 'ਤੇ ਉਹ ਵੀ ਕਰਨਾ ਓਲਡ ਮਾਡਲ ਵਾਲੀ ਲੁੱਕ, ਤਾਂ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਅਤੇ ਬਾਏ ਬਾਏ, ਮਿਲਦੇ ਹਾਂ ਹੋਰ ਵੀਡੀਓ 'ਚ।